ਸਤਿ ਸ਼੍ਰੀ ਅਕਾਲ ਜੀ ਦੋਸਤੋ, ਮੇਰਾ ਨਾਮ ਹੈ ਬਲਬੀਰ ਸਿੰਘ। ਮੇਰੇ ਵੱਲੋਂ ਅਤੇ ਮੇਰੀ ਪੂਰੀ ਟੀਮ ਵੱਲੋਂ ਨਵੇਂ ਸਾਲ ਦੀਆਂ ਲੱਖ ਲੱਖ ਵਧਾਈਆਂ। ਮੈਂ ਹੁਣ ਵਧਾਈਆਂ ਦੇਤੀਆਂ ਅਤੇ ਤੁਸੀਂ ਆਪਣੀਆਂ ਵਧਾਈਆਂ ਹੁਣ ਮੈਨੂੰ ਸ਼ਾਮ ਤੱਕ ਕਮੈਂਟਾਂ ਰਾਹੀਂ ਦਿਓ ਵਧਾਈਆਂ, ਵੱਧ ਤੋਂ ਵੱਧ ਵਧਾਈਆਂ ਦਿਓ ਮੇਰੇ ਵੀਰ। ਅਤੇ ਹੁਣ ਗੱਲ ਕਰਦੇ ਹਾਂ ਆਪਾਂ ਕੰਮ ਦੀ। ਅੱਜ ਮੇਰੀ ਘਰਵਾਲੀ ਮੈਨੂੰ ਕਹਿਣ ਲੱਗੀ, ਕਹਿੰਦੀ ਅੱਜ ਆਪਾਂ ਕੰਮ ਵੰਡ ਲੈਂਦੇ ਹਾਂ ਨਵੇਂ ਸਾਲ ਦੇ। ਮੈਂ ਕਿਹਾ ਠੀਕ ਹੈ, ਤੂੰ ਆਪਣਾ ਕੰਮ ਕਰਿਆ ਕਰ, ਮੈਂ ਆਪਣਾ ਕੰਮ ਕਰਨਾ। ਕਹਿੰਦੀ ਅੱਜ ਤੋਂ ਜਿੰਨੇ ਵੀ ਡੰਗਰ ਨੇ ਸਾਰਿਆਂ ਦੀਆਂ ਧਾਰਾਂ ਮੈਂ ਕੱਢਣੀਆਂ ਅਤੇ ਕੱਖ ਗੰਢਾ ਮੈਂ ਪਾਉਣਾ। ਮੈਂ ਕਿਹਾ ਠੀਕ ਹੈ। ਕਹਿੰਦੀ ਤੂੰ ਬਸ ਇੰਨਾ ਕੁ ਕੰਮ ਕਰਨਾ, ਆ ਡੰਗਰਾਂ ਦਾ ਗੋਹਾ ਕੂੜਾ ਟੈਂ ਚੱਕਣਾ। ਫਿਰ ਮੈਂ ਕਿਹਾ ਠੀਕ ਹੈ ਯਾਰ। ਮੈਨੂੰ ਇੱਕਦਮ ਲੱਗਿਆ ਝਟਕਾ, ਮੈਂ ਕਿਹਾ ਪਤੰਦਰਾ ਇਹ ਤਾਂ ਸਿਆਪਾ ਹੀ ਛਿੜ ਗਿਆ। ਅੱਜ ਨਵਾਂ ਸਾਲ ਹੈ, ਹੁਣ ਮੈਂ ਸਾਰਾ ਸਾਲ ਆ ਮੱਝਾਂ ਦਾ ਗੋਹਾ ਚੱਕਦੇ ਹੀ ਲੰਘ ਜਾਣਾ। ਕੰਮ ਕੁੰਮ ਆਪਾਂ ਨੇ ਕਰਨਾ ਹੀ ਨਹੀਂ ਕੋਈ। ਹੁਣ ਘਰ ਵਾਲੀ ਨੇ ਕੰਮ ਵੰਡ ਕੇ ਦੇ ਤੇ, ਗੋਹਾ ਚੱਕੋ ਅਤੇ ਆਰਾਮ ਨਾਲ ਸੌਂ ਜਾਓ, ਪਰਵਾਹ ਹੀ ਨਹੀਂ ਕੋਈ।